ਗੱਲ ਪੰਜਾਬ ਦੀ ਟੀਵੀ ਦੇਖ ਰਹੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਗੁਰਮੀਤ ਸਿੰਘ ਖਾਲਸਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਾਬਾ ਬੋਲਿਆ। ਗੁਰਬਾਣੀ ਵਿੱਚ ਪੰਥ ਸ਼ਬਦ ਸਿਰਫ ਅਧਿਆਤਮਕ ਮਾਰਗ ਲਈ ਹੀ ਵਰਤਿਆ ਗਿਆ ਹੈ। ਪੰਥ ਦਾ ਅਰਥ ਹੈ ਰਾਹ, ਰਸਤਾ ਜਾਂ ਪੈਸੇਜ। ਗੁਰਵਾਕ ਹੈ ਸੇਵੋ ਸਾਹਿਬ ਸਮਰੱਥ ਆਪਣਾ, ਪੰਥ ਸੁਹੇਲਾ ਆਗੇ ਹੋਏ, ਅੰਗ 579। ਇੱਕ ਹੋਰ ਗੁਰਵਾਕ ਹੈ ਮੰਨੇ ਮਾਘ ਨਾ ਚੱਲੇ ਪੰਥ, ਮੰਨੇ ਧਰਮ ਸੇਤੀ ਸੰਬੰਧ, ਅੰਗ 3, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਭਾਈ ਗੁਰਦਾਸ ਜੀ ਨੇ ਆਪਣੀ 3 ਵਾਰ ਵਿੱਚ ਫਰਮਾਇਆ ਹੈ ਕਿ ਗੁਰਮੁਖ ਪੰਥ ਨਿਰੋਲ ਨਾ ਰਲੇ ਰਲਾਈਏ, ਗੁਰਮੁਖ ਪੰਥ ਅਲੋਲ ਸਹਿਜ ਸਮਾਈਏ। ਅੱਗੇ ਆਪਣੀ 47ਵੀਂ ਕਵਿਤ ਵਿੱਚ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਗੁਰਮੁਖ ਪੰਥ ਗਹੇ ਜਮਪੁਰ, ਪੰਥ ਮੇਟੇ ਗੁਰਸਿੱਖ ਪੰਚ ਦੂਤ ਸੰਗ ਤਿਆਗੀ ਹੈ। ਗੁਰਮੁਖ ਪੰਥ ਦਾ ਭਾਵ ਗੁਰਮੁਖਾਂ ਵਾਲਾ ਰਾਹ, ਗੁਰਸਿੱਖੀ ਵਾਲਾ ਰਸਤਾ। ਪਰ ਉਸ ਵੇਲੇ ਰਹਿਤਨਾਮੇ ਵਿੱਚ ਪੰਥ ਦਾ ਅਹੁਦਾ ਸਿੱਖ ਸ਼ਰਧਾਲੂਆਂ ਦੇ ਸਮੂਹ ਲਈ ਵਰਤਿਆ ਜਾਣ ਲੱਗ ਪਿਆ ਸੀ। ਜਿੱਥੇ ਚੋਪਾ ਸਿੰਘ ਜੀ ਅਨੁਸਾਰ ਬਿਆਨ ਹੈ, ਗੁਰ ਕਾ ਸਿੱਖ ਪ੍ਰਚਾਰ ਕਰਦੇ ਹੋਏ ਸਿਰਫ ਆਪਣੇ ਪੰਥ ਦੇ ਗੁਣ ਦੱਸੇ, ਨਾ ਕਿ ਹੋਰਨਾਂ ਮਤਾਂ ਦੀ ਕੋਈ ਨਿੰਦਾ ਕਰੇ। ਉੱਥੇ ਦੇਸਾ ਸਿੰਘ ਜੀ ਵੀ ਲਿਖਦੇ ਨੇ ਕਿ ਜਗਤ ਮੈਂ ਪੰਥ ਹੈ ਜੇਤੇ, ਕਬਹੀ ਨਿੰਦੀ ਨਾਹੀਂ ਤੇਤੇ। ਇੱਕ ਹੋਰ ਵਿਦਵਾਨ ਪ੍ਰਹਲਾਦ ਜੀ ਨੇ ਬਹੁਤ ਵਧੀਆ ਲਿਖਿਆ ਹੈ ਕਿ ਅਕਾਲ ਪੁਰਖ ਕੇ ਬਚਨ ਸਿਉਂ ਪ੍ਰਗਟ ਚਲਿਓ ਪੰਥ, ਸਭ ਸਿੱਖਣ ਕੋ ਬਚਨ ਹੈ ਗੁਰੂ ਮਾਨਿਓ ਗ੍ਰੰਥ। ਅੱਗੇ ਆਪਣੀ ਗੱਲ ਨੂੰ ਹੋਰ ਬਿਆਨ ਕਰਦੇ ਹੋਏ ਲਿਖਦੇ ਨੇ, ਗੁਰੂ ਖਾਲਸਾ ਮਾਨਿਐ ਪ੍ਰਗਟ ਗੁਰਾਂ ਕੀ ਦੇਹ, ਜੋ ਸਿੱਖ ਮੋਹ ਮਿਲ ਬੋ ਚਾਹੇ, ਖੋਜ ਇਹਨੇ ਮੇਲੇ। ਇਸੇ ਤਰੀਕੇ ਉਦਾਸੀ ਵਿਦਵਾਨਾਂ ਨੇ ਵੀ ਸਿੱਖ ਲਹਿਰ ਦੇ ਸ਼ਰਧਾਲੂਆਂ ਦੇ ਸਮੂਹ ਲਈ ਪੰਥ ਸ਼ਬਦ ਹੀ ਵਰਤਿਆ ਹੈ। ਗਿਆਨੀ ਗਿਆਨ ਸਿੰਘ ਜੀ ਦੀ ਇੱਕ ਕਵਿਤਾ ਕਿ ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋ ਚਹੇ, ਖੋਜ ਸ਼ਬਦ ਮੇਲੇ। ਇਹ ਕਵਿਤਾ ਅਕਸਰ ਹੀ ਗੁਰਦੁਆਰਿਆਂ ਵਿੱਚ ਅਰਦਾਸ ਦੇ ਮਗਰੋਂ ਪੜ੍ਹੀ ਜਾਂਦੀ ਹੈ। ਇਸ ਕਵਿਤਾ ਨੇ ਸਿੱਖ ਸੋਚ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਹੈ। ਭਗਤ ਰਤਨਾਵਲੀ ਜੀ ਵੀ ਇੱਕ ਜੋ ਸਾਖੀ ਹੈ ਉਹਦੇ ਵਿੱਚ ਉਹਨਾਂ ਲਿਖਿਆ ਹੈ ਕਿ 10ਵੇਂ ਪਾਤਸ਼ਾਹ ਖਾਲਸੇ ਨੂੰ ਗੁਰਿਆਈ ਬਖਸ਼ੀ। ਅਤੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਗੁਰਤਾ ਅਰਪਤ ਲੱਗੇ ਖਾਲਸੇ ਪੰਚ ਸਿੰਘ ਤਹਿ ਸੋਹੇ ਸਰੀਰ ਦਾ ਜ਼ਿਕਰ ਆਉਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਰਹਿਤ ਮਰਿਆਦਾ ਵਿੱਚ ਪੰਥ ਕੀ ਜੀਤ ਲਈ ਅਰਦਾਸ ਕੀਤੀ ਜਾਂਦੀ ਹੈ। ਪੰਥ ਦੀ ਸੇਵਾ ਭਾਵ ਪੰਥਕ ਰਹਿਣੀ, ਸਿਰਫ ਪੱਖੇ ਲਾਣੇ, ਲੰਗਰ ਦੀ ਸੇਵਾ, ਬਰਤਨਾਂ ਦੀ ਸਫਾਈ, ਪ੍ਰਧਾਨਗੀ, ਸਕੱਤਰੀ, ਮੈਂਬਰੀ, ਖਜ਼ਾਨਚੀ, ਕੀਰਤਨੀਏ, ਵਿਆਖਿਆਕਾਰ ਅਤੇ ਕਥਾਕਾਰ ਆਦਿ ਨੇ, ਇਹ ਨਹੀਂ ਹੈ। ਸੇਵਾ ਇੱਥੇ ਤੱਕ ਨਹੀਂ ਸੀਮਤ ਨਹੀਂ ਹੈ, ਸਗੋਂ ਸਿੱਖ ਦੀ ਸਾਰੀ ਜ਼ਿੰਦਗੀ ਪਰਉਪਕਾਰ ਵਾਲੀ ਹੋਣੀ ਚਾਹੀਦੀ ਹੈ। ਸੇਵਾ ਸਫਲ ਉਹੀ ਹੁੰਦੀ ਹੈ ਜੋ ਥੋੜ੍ਹੇ ਯਤਨ ਨਾਲ ਜ਼ਿਆਦਾ ਤੋਂ ਜ਼ਿਆਦਾ ਕੀਤੀ ਜਾਵੇ ਅਤੇ ਸੇਵਾ ਨਿਸ਼ਕਾਮ ਹੋਵੇ। ਇਹ ਕਾਰਜ ਜਥੇਬੰਦੇ ਰਾਹੀਂ ਹੀ ਹੋ ਸਕਦਾ ਹੈ। ਜਥੇਬੰਦੀ ਜੋ ਹੈ ਸਿੱਖਾਂ ਦੇ ਜੋ ਸ਼ਖਸੀ ਧਰਮ ਭਾਵ ਗੁਰੂ ਕੀ ਮਤ ਅਨੁਸਾਰ ਆਪਣੀ ਜ਼ਿੰਮੇਵਾਰੀ ਸਮਝ ਕੇ ਕਿਰਤ ਕਰਨ ਦੇ ਨਾਲ ਨਾਲ ਪੰਥਕ ਫਰਜ਼ ਵੀ ਪੂਰੇ ਕਰਨੇ ਜਥੇਬੰਦੀ ਦੇ ਵਿੱਚ ਆਉਂਦੇ ਨੇ। ਇਸੇ ਜਥੇਬੰਦੀ ਦਾ ਨਾਂ ਪੰਥ ਹੈ। ਹਰ ਇੱਕ ਸਿੱਖ ਨੇ ਪੰਥ ਦਾ ਇੱਕ ਅੰਗ ਹੋਣ ਦੇ ਬਾਵਜੂਦ ਵੀ ਇੱਕ ਪੂਰੇ ਸਰੀਰ ਦਾ ਭਾਵ ਪੂਰੇ ਪੰਥਕ ਹੋਣ ਦਾ ਧਰਮ ਨਿਭਾਉਣਾ ਹੈ। ਇਸ ਦੀ ਤਿਆਰੀ ਅਤੇ ਅਭਿਆਸ 10 ਗੁਰੂਆਂ ਸਾਹਿਬਾਨਾਂ ਨੇ ਕਰਵਾਇਆ ਅਤੇ 10ਵੇਂ ਪਾਤਸ਼ਾਹ ਜੀ ਨੇ ਇਸ ਦਾ ਅੰਤਮ ਸਰੂਪ ਬਣ ਕੇ ਗੁਰਿਆਈ ਸੌਂਪੀ। ਪੰਥ ਗੁਰੂ, ਪੰਥ ਅਤੇ ਗ੍ਰੰਥ ਗੁਰੂ ਦੀ ਧਾਰਨਾ, ਵਿਚਾਰ ਜਾਂ ਸੰਕਲਪ ਉਦਾਸੀ ਨਿਰਮਲਿਆ ਅਤੇ ਰਹਿਤਨਾਮੇ ਦੀ ਦੇਣ ਹੈ।
ਹੁਣ ਰਹਿਤਨਾਮਾ ਗੁਰਬਾਣੀ ਨਹੀਂ ਹੈ, ਇਹ ਸਾਹਿਬ ਕਮਾਲ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਲਿਖਿਆ ਗਿਆ ਹੈ। ਉਸ ਵੇਲੇ ਗੁਰੂ ਅਸਥਾਨਾਂ ਅਤੇ ਗੁਰੂ ਸਾਹਿਬਾਨਾਂ ਦੇ ਵਿਰੋਧੀਆਂ ਭਾਵ ਗੁਰਮਤ ਵਿਰੋਧੀਆਂ ਜੋ ਦੇ ਕਬਜ਼ੇ ਹੋ ਚੁੱਕੇ ਸਨ, ਸੁਖਮ ਢੰਗ ਨਾਲ ਅੰਦਰੋਂ ਅੰਦਰੀ ਸਿੱਖ ਲਹਿਰ ਨੂੰ ਗੁਰਮਤ ਨਾਲੋਂ ਤੋੜਨ ਦੇ ਯਤਨ ਵੀ ਸ਼ੁਰੂ ਹੋ ਚੁੱਕੇ ਸਨ। ਨਿਰਮਲੇ ਅਤੇ ਉਦਾਸੀ ਵਿਦਵਾਨ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਅਤੇ ਪ੍ਰਗਟਾਓ ਕਰਦੇ ਹੋਏ, ਯਾਨੀ ਕਿ ਫੋਰਮੈਲਿਟੀ ਕਰਦੇ ਹੋਏ, ਗੁਰਮਤ ਵਿਚਾਰਧਾਰਾ ਨੂੰ ਐਸੀ ਚਤੁਰਾਈ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਬਦਲਦੇ ਸਨ ਕਿ ਸ਼ਰਧਾਲੂ ਉਸ ਨੂੰ ਸੱਚ ਸਮਝਣ ਲੱਗ ਪੈਂਦੇ ਸਨ। ਇਹਨਾਂ ਵਿਦਵਾਨਾਂ ਨੇ ਗੁਰਮਤ ਵਿਚਾਰਧਾਰਾ ਦੇ ਵਿਰੁੱਧ ਅਤੇ ਵਾਧੂ ਭਾਵ ਬੇਲੋੜੇ ਅਤੇ ਗੈਰ ਜ਼ਰੂਰੀ ਬਹੁਤ ਕੁਝ ਲਿਖਿਆ ਅਤੇ ਉਸ ਲਿਖਤ ਨੂੰ ਗੁਰਮਤ ਅਤੇ ਗੁਰ ਇਤਿਹਾਸ ਦੇ ਤੌਰ 'ਤੇ ਪ੍ਰਚਾਰਿਆ, ਜੋ ਹੁਣ ਵੀ ਪ੍ਰਚਲਿਤ ਹੈ, ਹੁਣ ਵੀ ਪ੍ਰਚਾਰ ਦੇ ਅਧੀਨ ਹੈ। ਗੁਰੂ ਸਾਹਿਬਾਨ ਵੱਲੋਂ ਰਚੀ ਬਾਣੀ ਵਿੱਚ ਤ੍ਰੈਗੁਣ ਸੰਸਾਰ ਨੂੰ ਧਰਮ ਦਾ ਵਿਰੋਧੀ ਆਖਿਆ ਗਿਆ ਹੈ। ਇਹ ਕਿਵੇਂ ਮੰਨ ਲਈਏ ਕਿ ਜਿਸ ਸੰਸਾਰ ਨੇ ਗੁਰੂ ਸਾਹਿਬਾਨ ਆਪਣੀ ਬਾਣੀ ਵਿੱਚ ਝੂਠਾ ਅਤੇ ਧਰਮ ਦਾ ਵਿਰੋਧੀ ਆਖਦੇ ਨੇ, ਉਸ ਸੰਸਾਰ ਦੇ ਪੰਥ ਨੂੰ ਉਹਨਾਂ ਆਪਣਾ ਗੁਰੂ ਮੰਨ ਲਿਆ ਹੋਵੇ? ਇਸ ਲਈ ਆਪਣੇ ਘਰਾਂ ਵਿੱਚ ਰੱਖੇ ਪੁਰਾਤਨ ਗ੍ਰੰਥ ਕਿਸੇ ਨੂੰ ਵੀ ਨਾ ਦੇਵੋ, ਭਾਵੇਂ ਕੋਈ ਤੁਹਾਨੂੰ ਨਵਾਂ ਗ੍ਰੰਥ ਫ੍ਰੀ ਦੇਣ ਦੀ ਵੀ ਪੇਸ਼ਕਸ਼ ਕਿਉਂ ਨਾ ਕਰ ਦੇਵੇ, ਜਾਂ ਕੋਈ ਮਾਇਆ ਦਾ ਕੋਈ ਲਾਲਚ ਦੇ ਦੇਵੇ। ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੀ ਬੀੜ ਦਾ ਸੰਕਲਨ ਕੀਤਾ ਸੀ, ਕਿਉਂਕਿ ਨਾਨਕ ਬਾਣੀ ਦਾ ਸੰਚਾਰ ਉਹਨਾਂ ਦਾ ਮੁੱਖ ਉਦੇਸ਼ ਸੀ। ਉਹ ਗੁਰਬਾਣੀ ਵਿੱਚ ਸਤਸੰਗਤ ਦੇ ਸੰਕਲਪ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਸਨ। ਗੁਰਵਾਕ ਹੈ, ਸਤ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਿਖਾਣੀਏ, ਅੰਗ 72। ਅਤੇ ਇੱਕ ਹੋਰ ਗੁਰੂ ਫਰਮਾਨ ਹੈ, ਕਬੀਰ ਏਕ ਘੜੀ ਆਦਿ ਘੜੀ ਆਦਿ ਹੂੰ ਤੇ ਆਦ ਭਗਤ ਸੇਤੀ ਗੋਸ਼ਟੀ ਜੋ ਕੀਨੇ ਸੋ ਲਾਭ, ਅੰਗ 1377। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਸੰਗ ਕਦੀ ਵੀ ਪੰਥ ਨਹੀਂ ਹੁੰਦੀ। ਸਤਸੰਗ ਜੀ, ਗੁਰਬਾਣੀ ਵਿੱਚ ਧਾਰਮਿਕ ਸਮੂਹ ਜਾਂ ਸੰਗਠਨ ਦਾ ਕੋਈ ਵੀ ਸੰਕਲਪ ਨਹੀਂ ਹੈ। ਗੁਰੂ ਸਾਹਿਬਾਨ ਸਭ ਕੁਛ ਜਾਣਦੇ ਹੋਏ ਗੁਰਬਾਣੀ ਦੇ ਵਿਰੋਧੀ ਸਮਾਜ ਦਾ ਪੰਥ ਕਿਵੇਂ ਸਥਾਪਿਤ ਕਰ ਸਕਦੇ ਨੇ? ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਵੱਖਰੇ ਧਰਮ ਜਾਂ ਸੰਗਠਨ ਨੂੰ ਨਹੀਂ ਤਰਜੀਹ ਦਿੱਤੀ, ਕਿਉਂਕਿ ਉਹ ਤੇ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਅੰਗ 1349। ਇੱਕ ਹੋਰ ਗੁਰੂ ਫਰਮਾਨ ਹੈ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਹਾਰਾ ਜੀਓ, ਅੰਗ 97। ਇੱਕ ਹੋਰ ਗੁਰਵਾਕ ਯਾਦ ਆਉਂਦਾ ਹੈ, ਸਭ ਮੈਂ ਜੋਤ ਜੋਤ ਹੈ ਸੋਈ, ਅੰਗ 663। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਭਾਵ ਗੁਰੂ ਮਹਾਰਾਜ ਸਭ ਵਿੱਚ ਇੱਕ ਅਕਾਲ ਪੁਰਖ ਦੀ ਜੋਤ ਤੇ ਧਾਰਨੀ ਸਨ ਕਿ ਸਮਾਜ ਵਿੱਚ ਵੰਡੀਆਂ ਪਾਉਣ ਦੇ ਸਮਰਥਕ ਨਹੀਂ ਸਨ। ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਰਪਿਤ ਸਨ, ਪਰ ਆਪਣੇ ਆਪ ਨੂੰ ਦੂਜਿਆਂ ਨਾਲੋਂ, ਦੂਜੇ ਲੋਕਾਂ ਨਾਲੋਂ ਵੱਖਰਾ, ਵੱਡਾ ਜਾਂ ਉੱਚਾ ਨਹੀਂ ਸਨ ਮੰਨਦੇ। ਜਿੱਥੇ ਤੱਕ ਗ੍ਰੰਥ ਨੂੰ ਗੁਰੂ ਐਲਾਨਣ ਦਾ ਸਵਾਲ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦਮਦਮੀ ਬੀੜ ਵਿੱਚ ਇਹ ਦਰਜ ਕੀਤਾ ਹੈ ਕਿ ਪੋਥੀ ਪਰਮੇਸ਼ਰ ਕਾ ਥਾਨ, ਅੰਗ 1226। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗ੍ਰੰਥ ਸਾਹਿਬ ਪਰਮੇਸ਼ਰ ਦਾ ਗਿਆਨ ਬਖਸ਼ਣ ਵਾਲੇ ਸ਼ਬਦ ਗੁਰੂ ਦਾ ਨਿਵਾਸ ਸਥਾਨ ਹੈ। ਨਿਵਾਸ ਸਥਾਨ ਗੁਰੂ ਨਹੀਂ ਹੁੰਦਾ, ਗੁਰਬਾਣੀ ਗ੍ਰੰਥ ਨੂੰ ਨਹੀਂ ਗੁਰ ਸ਼ਬਦ ਜਾਂ ਗੁਰਬਾਣੀ ਨੂੰ ਹੀ ਗੁਰੂ ਮੰਨਦੀ ਹੈ। ਇਸਦਾ ਇਹ ਅਰਥ ਨਹੀਂ ਹੈ ਕਿ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਉਣਾ ਜਾਂ ਮੱਥਾ ਟੇਕਣਾ ਬੰਦ ਕਰ ਦਈਏ, ਛੱਡ ਦਈਏ। ਗੁਰੂ ਦਾ ਨਿਵਾਸ ਸਥਾਨ ਹੋਣ ਦੇ ਨਾਤੇ ਗ੍ਰੰਥ ਸਾਹਿਬ ਦਾ ਪੂਰਾ ਸਤਿਕਾਰ ਕਰਨਾ ਬਣਦਾ ਹੈ, ਪਰ ਗੁਰੂ ਸ਼ਬਦ ਅਤੇ ਗ੍ਰੰਥ ਦੇ ਬਾਰੀਕ ਜਿਹੇ ਅੰਤਰ ਨੂੰ ਧਿਆਨ ਵਿੱਚ ਵੀ ਰੱਖਣਾ ਅਤਿ ਜ਼ਰੂਰੀ ਹੈ, ਤਾਂ ਕਿ ਕਿਤੇ ਗ੍ਰੰਥ ਸਾਹਿਬ ਨੂੰ ਲੋਕ ਜਾਂ ਕੋਈ ਭੁੱਲੇ ਹੋਏ ਲੋਕ ਮੂਰਤੀ ਪੂਜਾ ਦੀ ਵਸਤੂ ਨਾ ਬਣਾ ਲੈਣ। ਅਕਸਰ ਹੀ ਪੜ੍ਹੇ ਲਿਖੇ ਕੁਝ ਸਿੱਖ ਸ਼ਰਧਾਲੂ ਗੁਰਬਾਣੀ ਦੀ ਅਸਲੀਅਤ ਬਾਰੇ ਵੀ ਸਪੱਸ਼ਟ ਨਹੀਂ ਹੁੰਦੇ, ਕਿਉਂਕਿ ਉਹ ਕੁਝ ਜ਼ਿਆਦਾ ਪੜ੍ਹ ਲਿਖੇ ਚੁੱਕੇ ਹੁੰਦੇ ਨੇ।
ਅਤੇ ਕੁਝ ਕਿੰਤੂ ਪਰੰਤੂ ਵੀ ਕਰਦੇ ਰਹਿੰਦੇ ਨੇ। ਗੁਰਬਾਣੀ ਵਿੱਚ ਇਸ ਬਾਰੇ ਵੀ ਸਪਸ਼ਟ ਸੇਧ ਬਖਸ਼ੀ ਗਈ ਹੈ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਅੰਗ 722। ਅੱਗੇ ਇੱਕ ਹੋਰ ਗੁਰਫਰਮਾਨ ਹੈ ਕਿ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਅੰਗ 628। ਅਤੇ ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੇ ਅਰਥਾਵੈ ਅੰਗ 945। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿਰਫ ਤੁਰ ਤੋਂ ਭਾਵ ਸਿੱਧੀ ਪ੍ਰਭੂ ਤੋਂ ਆਈ ਬਾਣੀ ਨੂੰ ਹੀ ਗੁਰਬਾਣੀ ਆਖਿਆ ਗਿਆ ਹੈ, ਹੋਰ ਦੂਜੀਆਂ ਰਚਨਾਵਾਂ ਨੂੰ ਗੁਰਬਾਣੀ ਨਹੀਂ ਮੰਨਿਆ ਜਾਂਦਾ। ਗੁਰਬਾਣੀ ਵਿੱਚ ਗੁਰੂ ਸਾਹਿਬਾਨਾਂ ਦੇ ਸਧਾਰਨ ਬਚਨ ਭਾਵ ਦੁਨਿਆਵੀ ਬਿਆਨ ਦਰਜ ਨਹੀਂ ਕੀਤੇ ਗਏ, ਸਿਰਫ ਤੁਰ ਦਰਗਾਹ ਤੋਂ ਆਈ ਬਾਣੀ ਹੀ ਦਰਜ ਕੀਤੀ ਗਈ ਹੈ। ਗੁਰੂ ਸਾਹਿਬਾਨਾਂ ਦਾ ਹਰ ਬੋਲ ਗੁਰਬਾਣੀ ਨਹੀਂ ਹੈ, ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀ ਨੂੰ ਹੀ ਖਸਮ ਕੀ ਬਾਣੀ ਹੋਣ ਦਾ ਸੁਭਾਗ ਪ੍ਰਾਪਤ ਹੈ। ਗੁਰਬਾਣੀ ਵਿੱਚ ਵਾਧਾ ਘਾਟਾ ਕਰਨ ਦੀ ਕਿਸੇ ਨੂੰ ਵੀ ਬਿਲਕੁਲ ਆਗਿਆ ਨਹੀਂ ਹੈ, ਕਿਉਂਕਿ ਗੁਰਬਾਣੀ ਦਾ ਆਦੇਸ਼ ਹੈ, ਫਰਮਾਨ ਹੈ, ਹੁਕਮ ਹੈ। ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ ਅੰਗ 920। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਖ ਇਤਿਹਾਸ ਨੂੰ ਗੁਰਬਾਣੀ ਨਾਲ ਤੁਲਨਾ ਦੇਣ ਜਾਂ ਇਤਿਹਾਸ ਮਿਥਿਹਾਸ ਕਹਾਣੀ ਰਾਹੀਂ ਗੁਰਬਾਣੀ ਦੀ ਵਿਆਖਿਆ ਕਰਨੀ ਇਹ ਠੀਕ ਨਹੀਂ ਹੈ, ਕਿਉਂਕਿ ਜਦੋਂ ਕੋਈ ਸੰਸਾਰੀ ਸਿੱਖ ਇਤਿਹਾਸ ਵਿੱਚ ਗੁਰੂ ਸਾਹਿਬਾਨਾਂ ਦੇ ਬਚਨਾਂ ਨੂੰ ਸਾਖੀ ਦੇ ਰੂਪ ਵਿੱਚ ਜਾਂ ਸਾਖੀ ਹੋਣ ਦਾ ਦਾਅਵਾ ਕਰਕੇ ਬਿਆਨ ਕਰਦਾ ਹੈ ਤਾਂ ਉਸ ਸੱਚਾਈ 'ਤੇ ਉਹਨਾਂ ਵੱਲੋਂ ਸੱਚੀ ਸੱਚਾਈ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸ ਲਈ ਸਿੱਖ ਇਤਿਹਾਸ ਨੂੰ ਗੁਰਬਾਣੀ ਵਿਆਖਿਆ ਵਿੱਚ ਰਲਗੱਡ ਕਰਨਾ ਉਚਿਤ ਨਹੀਂ ਹੈ। ਅਸੀਂ ਅਕਸਰ ਦੇਖਦੇ ਹਾਂ ਕਿ ਕੁਝ ਕੀਰਤਨੀਏ ਆਪਣੀ ਕੀਰਤਨ ਦੌਰਾਨ ਇੱਕ ਵੱਖਰੀ ਦੁਨਿਆਵੀ ਸਾਖੀ ਸ਼ੁਰੂ ਕਰ ਦਿੰਦੇ ਨੇ ਸਾਧ ਸੰਗਤ ਨੂੰ ਕੱਚੀ ਸਮਝਾਉਣ ਵਾਸਤੇ। ਸੋ ਗੁਰਬਾਣੀ ਅਨੁਸਾਰ ਇਹ ਠੀਕ ਨਹੀਂ ਹੈ। ਗੁਰਬਾਣੀ ਦਾ ਹੁਕਮ ਹੈ ਕਿ ਇੱਕ ਵੇਲੇ ਇੱਕ ਹੀ ਚੀਜ਼ ਕੀਤੀ ਜਾਵੇ, ਜੇ ਕੋਈ ਵਿਆਖਿਆਕਾਰ ਹੈ ਤਾਂ ਉਹ ਵਿਆਖਿਆ ਹੀ ਕਰੇ, ਜੇ ਕੋਈ ਕੀਰਤਨ ਕਰ ਰਿਹਾ ਹੈ ਉਹ ਕੀਰਤਨ ਜਾਂ ਸਿਰਫ ਕੀਰਤਨ ਹੀ ਕਰੇ, ਜੇ ਕੋਈ ਕਥਾ ਸੁਣਾ ਰਿਹਾ ਹੈ ਉਹ ਆਪਣੀ ਕਥਾ 'ਤੇ ਧਿਆਨ ਦੇਵੇ, ਨਾ ਕਿ ਰਲਗੱਡ ਕਰੇ। ਗਿਆਨ ਪ੍ਰਾਪਤ ਕਰਨ ਦਾ ਇਹ ਇੱਕ ਰਾਹ ਹੈ, ਧਰਮ ਦਾ ਆਧਾਰ ਨਿੱਜੀ ਪਰਸਨਲ ਵਿਸ਼ਵਾਸ ਜਾਂ ਆਪਣੀ ਹੀ ਮਾਨਤਾ ਹੈ। ਧਰਮ ਸਿਰਫ ਨਿੱਜੀ ਕਿਰਿਆ ਜਾਂ ਨਿੱਜੀ ਫੈਸਲਾ ਹੀ ਹੁੰਦਾ ਹੈ, ਸਮਾਜਿਕ ਵਿਹਾਰ ਨਹੀਂ ਹੁੰਦਾ। ਗੁਰਬਾਣੀ ਅਨੁਸਾਰ ਪ੍ਰਭੂ ਦਾ ਗਿਆਨ ਸਿਰਫ ਗੁਰੂ ਹੀ ਦੇ ਸਕਦਾ ਹੈ, ਅਤੇ ਗੁਰਬਾਣੀ ਸ਼ਬਦ ਨੂੰ ਗੁਰੂ ਅਤੇ ਮਨੁੱਖੀ ਸੁਰਤ ਦੀ ਲਗਨ ਨੂੰ ਸਿੱਖ ਜਾਂ ਚੇਲਾ ਆਖਦੀ ਹੈ। ਸ਼ਬਦ ਗੁਰ ਸੁਰਤ ਧੁਨ ਚੇਲਾ ਅੰਗ 943। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੋ ਅਸਲ ਵਿੱਚ ਸਮਾਜਿਕ ਤੌਰ 'ਤੇ ਸਿੱਖ ਧਰਮ ਯਾਨੀ ਸਿੱਖਇਜ਼ਮ ਐਜ਼ ਇੰਸਟੀਟਿਊਸ਼ਨਲ ਰਿਲੀਜ਼ਨ ਜਾਂ ਸਿੱਖਇਜ਼ਮ ਐਜ਼ ਸੋਸ਼ਲ ਰਿਲੀਜ਼ਨ ਦੀ ਸਥਾਪਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਪਦੇਸ਼ ਦੇ ਬਿਲਕੁਲ ਵਿਰੁੱਧ ਹੈ। ਸਮਾਜਿਕ ਆਧਾਰ 'ਤੇ ਸਿੱਖ ਧਰਮ ਵਿੱਚ ਗੁਰਬਾਣੀ ਦੇ ਕੁਝ ਚੋਣਵੇਂ ਸ਼ਬਦਾਂ ਨੂੰ ਅੱਖਰੀ ਅਰਥ ਦੇ ਕੇ ਜਾਂ ਮੈਨੂਪਲੇਟ ਕਰਕੇ ਜਾਂ ਮਿਥਿਹਾਸਕ ਕਹਾਣੀਆਂ ਰਾਹੀਂ ਇਹ ਭੁਲੇਖਾ ਪਾਉਣ ਦਾ ਯਤਨ ਕੀਤਾ ਜਾਂਦਾ ਹੈ ਕਿ ਸਮਾਜਿਕ ਤੌਰ 'ਤੇ ਸਿੱਖ ਧਰਮ ਗੁਰਬਾਣੀ ਉਪਦੇਸ਼ ਦੇ ਅਨੁਕੂਲ ਹੈ ਜਾਂ ਗੁਰਬਾਣੀ ਦੇ ਆਧਾਰ 'ਤੇ ਹੀ ਸਥਿਤ ਹੈ, ਪਰ ਇਹ ਠੀਕ ਨਹੀਂ ਹੈ, ਕਿਉਂਕਿ ਗੁਰਬਾਣੀ ਕਿਸੇ ਸਮਾਜਿਕ ਧਰਮ ਨੂੰ ਧਰਮ ਹੀ ਨਹੀਂ ਮੰਨਦੀ। ਗੁਰਬਾਣੀ ਸੰਸਾਰ ਦੇ ਗੈਰ ਕੁਦਰਤੀ ਤਰੀਕੇ ਨਾਲ ਵੰਡੀਆਂ ਪਾ ਕੇ ਬਣਾਏ ਹੋਏ ਸਮਾਜ ਨੂੰ ਝੂਠਾ ਕਰਾਰ ਦਿੰਦੀ ਹੈ, ਝੂਠਾ ਕਹਿੰਦੀ ਹੈ। ਗੁਰਬਾਣੀ ਅਨੁਸਾਰ ਸੰਸਾਰ ਦਾ ਪ੍ਰਬੰਧ ਮਾਇਆ ਹੇਠ ਹੈ ਅਤੇ ਮਾਇਆ ਹੀ ਧਰਮ ਦੀ ਸਭ ਤੋਂ ਵੱਡੀ ਵਿਰੋਧੀ ਹੈ। ਮਾਇਆ ਕਰਕੇ ਹੀ ਗੁਰਬਾਣੀ ਸੰਸਾਰ ਨੂੰ ਝੂਠਾ ਧੂਏ ਕਾ ਪਹਿਲਹਾਰ ਸੁਪਨਾ ਵਿਸ਼ ਭੋਜਨ ਪਰਮਾਓ ਅੰਧਕੂਪ ਸ਼ਿਵ ਸ਼ਕਤੀ ਕਾ ਮੇਲ ਭਵ ਸਾਗਰ ਫਾਨੀ ਹੋਰ ਬੜੇ ਅੱਖਰਾਂ ਨਾਲ ਦੱਸਿਆ ਗਿਆ ਹੈ। ਗੁਰਵਾਕ ਹੈ, ਜਗ ਰਚਨਾ ਸਭ ਝੂਠ ਹੈ ਜਾਣ ਲੈ ਹੋ ਰੇ ਮੀਤ ਕਹਿ ਨਾਨਕ ਥਿਰ ਨਾ ਰਹੇ ਜਿਉਂ ਭਾਲੂ ਕੀ ਪੀਤ ਅੰਗ 1428। ਬਾਬਾ ਬਿਖ ਦੇਖਿਆ ਸੰਸਾਰ ਅੰਗ 1382। ਲਿਵ ਛੁਟਕੀ ਲੱਗੀ ਤ੍ਰਿਸ਼ਨਾ
माया अमर वरताया, ए माया जित हर रस विसरै, मोह उपजे भौ दूजा लाया। अंग 921 श्री गुरु ग्रंथ साहिब जी महाराज। संसार विचली माया ने मनुख नूं अपना गुलाम बनाया होया है। बाबा माया साथ ना होवे, इन्नी माया जग मोहिया, विरला बुझे कोई। अंग 995। एक होर है कि माया ममता मोहनी जिन विण दंता जग खाया। अंग 643 श्री गुरु ग्रंथ साहिब जी महाराज। अकाल पुरख ने मनुख तो दूरी बनाउण लई संसार विच माया नूं कम ते लाया होया है, ते यही माया मनुख वास्ते परमात्मा नूं प्राप्त करन दा एक इम्तिहान है, एक एग्जामिनेशन है, जिस नूं पास करके या इस नूं पार करके ही मनुख नूं सुरत आउंदी है, सोझी आउंदी है कि मैं इसते की लैण आया संसार विच। माया ममता करते लाई। अंग 1261 श्री गुरु ग्रंथ साहिब जी महाराज। माया ने समाज नूं धर्म दा विरोधी बनाया होया है। गुरबाणी अनुसार प्रभु दी बंदगी नूं ही धर्म, असल धर्म कहा गया है, जिस नूं गुरबाणी तज सब भरम भजियो पार ब्रह्म, कहो नानक अटल इह धर्म। अंग 196 श्री गुरु ग्रंथ साहिब जी महाराज। एक होर गुरवाक है कि कबीरा, जहां ज्ञान तह धर्म है, जहां झूठ तह पाप। अंग 1372 श्री गुरु ग्रंथ साहिब जी महाराज। सो सतसंग जी, तौल धर्म दया का पूत, संतोख थाप रखिया जिन सूत। अंग 3 श्री गुरु ग्रंथ साहिब जी महाराज। गुरबाणी अनुसार सृष्टि नूं धारण करन दा पवित्र नियम रूल ही ओ धर्म दा बल्द है, जिसने सारी धरती नूं अपने सिर सिंघ उपर चुक्या होया। ये एक सिर्फ एक एक इशारा है। ये धर्म दया का पूत है, अते इस वल्लों ही संतोख दी स्थापना हुंदी है, जिसने सारी सृष्टि नूं एक मर्यादा विच बन्निया होया है। गुरबाणी अनुसार सृष्टि दा सिर्फ ते सिर्फ एक मात्र धर्म ही सारी सृष्टि विच वर्तदा है, अते समाजिक धर्म संसार विच वंडियां पाउण अते अशांति फैलाउण दा ही काम करदा है। गुरसिख ने इस तो बचना है। गुरसिख वर्ड तकरीबन हर जीव वास्ते वरत्या है, जो जो जीव इस धरती ते रहिंदा है। सो गुरबाणी सिख नूं प्रभु दी बंदगी वाले धर्म दा राह अख्तियार करन दा उपदेश करदी है, ते कुदरत भाव सृष्टि दे नियम दी पालना करन दी ताकीद करदी है। सतसंग जी, अज दी विचार सिर्फ इन्ने ही। आप जी नूं साडा प्रोग्राम किवें दा लग्या, बेनती है कि अपने कमेंट्स सानूं जरूर देना, तां कि असी अपने प्रोग्राम विच लोड़ींदे बदलाव, लोड़ींदी सोध कर सकीए। तो सतसंग जी, जिन्हां ने हुण तक गल पंजाब दी टीवी चैनल सबसक्राइब नहीं किया, बेनती है कि वह अज सबसक्राइब कर लैन, ते लेटैसट नोटिफिकेशन वास्ते बैल आइकन जरूर दबान, ता कि तुसी लेटैसट प्रोग्राम्स नाल अपने आप अपडेट होंदे रहो। सो सतसंग जी, दिओ इजाजत, देखते रहो गल पंजाब दी टीवी, गल साडी ते साडे सारयां दी। वाहेगुरू जी का खालसा, वाहेगुरू जी की फतेह।